ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੀ ਮੀਟ ਖਾਣਾ ਚਾਹੀਦਾ ਜਾਂ ਨਹੀਂ ਇਹ ਟਾਪਿਕ ਅੱਜ ਕੱਲ ਬੜਾ ਚੱਲ ਰਿਹਾ ਆ ਬਹੁਤ ਦੁਨੀਆ ਇਸ ਦੇ ਉੱਤੇ ਗੱਲ ਕਰਦੀ ਆ ਵਿਕੀ ਥੋਮਸਾ ਵਿੱਚ ਉਹਦਾ ਜ਼ਿਕਰ ਕੀਤਾ ਜਾਂਦਾ ਹਨਾ ਦੇਖੋ ਆਪਾਂ ਇਸ ਵੀਡੀਓ ਵਿੱਚ ਖੁੱਲ ਕੇ ਗੱਲ ਕਰਾਂਗੇ ਮੇਰੀ ਬੇਨਤੀ ਆ ਵੀ ਪਲੀਜ਼ ਵੀਡੀਓ ਨੂੰ ਪੂਰਾ ਦੇਖਿਓ ਕਈ ਵਾਰ ਆਪਾਂ ਗੱਲ ਅੱਧੀ ਸੁਣਦੇ ਆ ਪੂਰੀ ਗੱਲ ਕਲੀਅਰ ਨਹੀਂ ਹੁੰਦੀ ਹੁੰਦੀ ਦੇਖੋ ਪਹਿਲੀ ਗੱਲ ਇਹ ਆ ਵੀ ਆਪਾਂ ਕੋਈ ਵੀ ਚੀਜ਼ ਚਾਹੇ ਉਹ ਮੀਟ ਆ ਜਾਂ ਉਹ ਵੈਜ ਆ ਆਪਾਂ ਕਿਉਂ ਖਾਂਦੇ ਆ ਕੁਝ ਵੀ ਆ ਆਪਾਂ ਤਾਂ ਖਾਂਦੇ ਆ ਵੀ ਆਪਣੀ ਬਾਡੀ ਡਿਮਾਂਡ ਕਰਦੀ ਆ ਆਪਾਂ ਨੂੰ ਭੁੱਖ ਲੱਗਦੀ ਆ ਆਪਾਂ ਨੂੰ ਭੁੱਖ ਕਿਉਂ ਲੱਗਦੀ ਆ ਬਿਕੋਜ਼ ਆਪਣੇ ਸਰੀਰ ਦੀ ਡਿਵੈਲਪਮੈਂਟ ਹੋਣੀ ਹੁੰਦੀ ਆ ਆਪਣਾ ਸਰੀਰ ਆਪਣੀ ਬਾਡੀ ਦੀ ਗਰੋਥ ਵਾਸਤੇ ਆਪਾਂ ਨੂੰ ਕੁਝ ਨਾ ਕੁਝ ਚਾਹੀਦਾ ਆ ਉਹ ਆਪਾਂ ਕੀ ਖਾਈਏ ਆਪਣੀ ਬਾਡੀ ਡਿਵੈਲਪ ਹੋਵੇ ਆਪਣੇ ਕੋਲੇ ਐਨੀਮਲਸ ਵੀ ਨੇ ਜਿਹਨੂੰ ਆਪਾਂ ਕਹਿ ਦਿੰਨੇ ਆ ਇਹ ਨਾਨ-ਵੈਜ ਨੇ ਉਹਨਾਂ ਨੂੰ ਮੀਟ ਕਿਹਾ ਜਾਂਦਾ ਪੰਜਾਬੀ ਦੀ ਭਾਸ਼ਾ ਦੇ ਵਿੱਚ ਆਪਣੇ ਕੋਲੇ ਹੋਰ ਖਾਣ ਨੂੰ ਕੀ ਆ ਦਾਲਾਂ ਸਬਜ਼ੀਆਂ ਨੇ ਉਹਨੂੰ ਆਪਾਂ ਵੈਜ ਕਹਿ ਦਿੰਨੇ ਆ ਹਨਾ ਜੀ ਹੁਣ ਗੱਲ ਇਹ ਆ ਵੀ ਆਪਾਂ ਕੀ ਖਾਈਏ ਆਪਣੀ ਬਾਡੀ ਦੀ ਡਿਵੈਲਪਮੈਂਟ ਵਧੀਆ ਹੋਵੇ ਗਰੋਥ ਵਧੀਆ ਹੋਵੇ ਤੇ ਤੁਹਾਨੂੰ ਕਿਹਨੇ ਕਹਤਾ ਵੀ ਬਾਡੀ ਨੂੰ ਡਵੈਲਪ ਮੀਟ ਕਰਦਾ ਜਾਂ ਦੂਜੀਆਂ ਚੀਜ਼ਾਂ ਕਰਦੀਆਂ ਨੇ ਤੁਸੀਂ ਕਈ ਵਾਰ ਦੇਖਿਆ ਹੋਣਾ ਜਿਹੜੇ ਮੁੰਡੇ ਜਿਮ ਜਾਂਦੇ ਨੇ ਜਿਮ ਲਾਉਂਦੇ ਨੇ ਕਈ ਵਾਰ ਪ੍ਰੋਟੀਨਸ ਦਾ ਜ਼ਿਕਰ ਹੁੰਦਾ ਹੁੰਦਾ ਪ੍ਰੋਟੀਨ ਦੇ ਡੱਬੇ ਹੁੰਦੇ ਨੇ ਤੁਸੀਂ ਮੈਨੂੰ ਦੱਸੋ ਵੀ ਡੱਬੇ ਖੋਲ ਕੇ ਦੇਖੋ ਵਿੱਚ ਮੀਟ ਆ ਜਾਂ ਦਾਲਾਂ ਸਬਜ਼ੀਆਂ ਨੇ ਨਾ ਉਹ ਪ੍ਰੋਟੀਨ ਕੱਢਿਆ ਹੋਇਆ ਜਿੱਥੋਂ ਵੀ ਮਿਲਦਾ ਪ੍ਰੋਟੀਨ ਉਹਨੂੰ ਅੱਗੇ ਮਸ਼ੀਨਾਂ ਦੁਆਰਾ ਸਾਰਾ ਕੁਝ ਕਰਕੇ ਪ੍ਰੋਟੀਨ ਕੱਢਿਆ ਹੋਇਆ ਉਹ ਸਪੋਰਟਸਮੈਨ ਲੈਂਦੇ ਨੇ ਤੇ ਬਾਡੀ ਤੇ ਅਸਰ ਕਰਦਾ ਇਹਦਾ ਮਤਲਬ ਕੀ ਹੋਇਆ ਇਹਦਾ ਮਤਲਬ ਇਹ ਹੋਇਆ ਵੀ ਬਾਡੀ ਨੂੰ ਡਿਵੈਲਪ ਕਰਦੀਆਂ ਨੇ ਪੰਜ ਚੀਜ਼ਾਂ ਕਿਹੜੀਆਂ-ਕਿਹੜੀਆਂ ਪ੍ਰੋਟੀਨ ਫੈਟਸ ਕਾਰਬੋਹਾਈਡਰੇਟਸ ਵਿਟਾਮਿਨਸ ਤੇ ਮਿਨਰਲਸ ਠੀਕ ਹੈ ਜੀ ਦੁਬਾਰਾ ਆਪਾਂ ਗੱਲ ਕਰਦੇ ਹਾਂ ਪ੍ਰੋਟੀਨ ਨੇ ਫੈਟਸ ਨੇ ਕਾਰਬੋਹਾਈਡਰੇਟਸ ਨੇ ਫੈਰਸ ਨੇ मिनरल्स ਨੇ ਵਿਟਾਮਿਨਸ ਨੇ ਹਨਾ ਪੰਜ ਚੀਜ਼ਾਂ ਨੇ ਇਹ ਇਹ ਪੰਜ ਤੁਹਾਨੂੰ ਮਿਲਦੀਆਂ ਨੇ ਕਿਸੇ ਦੇ ਥਰੂ ਉਹ ਕੀ ਨੇ ਉਹ ਪਲਾਂਟਸ ਵੀ ਨੇ ਤੇ ਐਨੀਮਲਸ ਵੀ ਨੇ ਠੀਕ ਹੈ ਜੀ ਹੁਣ ਆ ਜੋ ਗੱਲ ਇੱਥੇ ਜਿਹੜੇ ਐਨੀਮਲਸ ਨੇ ਜਿਨ੍ਹਾਂ ਆਪਾਂ ਕਹਿੰਦੇ ਆ ਵੀ ਆਪਾਂ ਮੀਟ ਉਹ ਜਿਹੜਾ ਮੀਟ ਐਨੀਮਲਸ ਨੇ ਐਨੀਮਲ ਕੀ ਖਾਂਦੇ ਨੇ ਐਨੀਮਲ ਕੋਸ਼ਿਕ ਤਾਂ ਉਹ ਨੇ ਜਿਹੜੇ ਪਲਾਂਟਸ ਖਾਂਦੇ ਨੇ ਕੁਸ਼ਕ ਐਨੀਮਲ ਉਹ ਨੇ ਜਿਹੜੇ ਐਨੀਮਲ ਖਾਂਦੇ ਨੇ ਹੁਣ ਜਿਹੜੇ ਐਨੀਮਲ ਐਨੀਮਲ ਨੂੰ ਖਾਂਦੇ ਨੇ ਉਹ ਅੱਗੇ ਜਿਹੜੇ ਐਨੀਮਲ ਨੇ ਕਿਤੇ ਨਾ ਕਿਤੇ ਉਹ ਵੀ ਪਲਾਂਟਸ ਹੀ ਖਾਂਦੇ ਨੇ ਧਿਆਨ ਨਾਲ ਦੇਖ ਲਓ ਪਲਾਂਟਸ ਦਾ ਮਤਲਬ ਇਹ ਆ ਵੀ ਜਿਹੜੀ ਚੀਜ਼ ਜ਼ਮੀਨ ਵਿੱਚੋਂ ਉੱਗਦੀ ਆ ਉਹ ਫਰੂਟਸ ਵੀ ਹੋ ਸਕਦੇ ਨੇ ਉਹ ਮਤਲਬ ਵੈਜੀਟੇਬਲ ਵੀ ਹੋ ਸਕਦੇ ਨੇ ਉਹ ਸਿੱਧੇ ਪਲਾਂਟ ਵੀ ਹੋ ਸਕਦੇ ਨੇ ਉਹ ਪੱਤੇ ਵੀ ਹੋ ਸਕਦੇ ਨੇ ਠੀਕ ਆ ਜੀ ਹੁਣ ਗੱਲ ਇਹ ਆ ਇੱਕ ਨੇਚਰ ਦਾ ਇੱਕ ਸਾਇੰਸ ਦਾ ਇੱਕ એનર્ਜੀ ਦਾ ਰੂਲ ਆ ਤੁਸੀਂ ਨਟ ਤੇ ਸਰਚ ਕਰਕੇ ਦੇਖ ਸਕਦੇ ਹੋ ਲਾਅ ਆਫ એનર્ਜੀ ਉਹ ਕੀ ਆ ਲਾਅ ਆਫ એનર્ਜੀ ਇਹ ਕਹਿੰਦਾ ਵੀ ਮੰਨ ਲਓ ਵੀ 100% એનર્ਜੀ ਪਲਾਂਟ ਦੇ ਵਿੱਚ ਆ ਦਰਖਤ ਦੇ ਵਿੱਚ ਪਲਾਂਟ ਵਿੱਚ ਪੌਦੇ ਵਿੱਚ ਆ ਜੇ ਉਹਨੂੰ ਕੋਈ ਅੱਗੇ ਖਾਊਗਾ ਕੋਈ ਵੀ ਬੰਦਾ ਖਾਵੇ ਜਾਂ ਐਨੀਮਲ ਖਾਵੇ 90% એનર્ਜੀ ਵਿੱਚੋਂ ਉੜ ਜਾਣੀਆਂ ਤੇ 10% એનર્ਜੀ ਉਹਨੂੰ ਮਿਲਣੀ ਆ ਮੰਨ ਲਓ ਵੀ ਮੈਂ ਸਿੱਧਾ ਕੋਈ ਫਰੂਟ ਸਬਜ਼ੀਆਂ ਸਿੱਧੀਆਂ ਖਾਣਾ ਠੀਕ ਹੈ ਜੀ ਮੈਨੂੰ 10% એનર્ਜੀ ਮਿਲੂਗੀ ਜੇ ਉਹ ਹੀ ਫਰੂਟ ਸਬਜ਼ੀਆਂ ਪਲਾਂਟਸ ਐਨੀਮਲ ਖਾਵੇ ਉਹਨੂੰ ਕਿੰਨੀ ਮਿਲੂਗੀ ਉਹਨੂੰ ਵੀ 10% ਮਿਲੂਗੀ ਠੀਕ ਹੈ ਜੀ ਹੁਣ ਮੰਨ ਲਓ ਕਿਸੇ ਐਨੀਮਲ ਨੇ ਪਲਾਂਟਸ ਖਾਦੇ ਉਹਨੂੰ ਮਿਲੀ 10% ਉਹ ਐਨੀਮਲ ਨੂੰ ਜਦੋਂ ਅੱਗੇ ਬੰਦਾ ਖਾਊਗਾ ਮਤਲਬ ਮੀਟ ਨੂੰ ਜਦੋਂ ਬੰਦਾ ਖਾਊਗਾ ਉਹਨੂੰ ਕਿੰਨੀ ਮਿਲੂਗੀ ਪਹਿਲਾਂ 100 ਚੋਂ 90 ਉੜ ਗਈ 10 ਮਿਲੀ ਫਿਰ ਉਹ ਚੋਂ 10 ਚੋਂ 9 ਉੜੂਗੀ 1% ਮਿਲੂਗੀ ਬੰਦੇ ਨੂੰ ਤੇ ਫਿਰ ਆਪਾਂ ਹਮੇਸ਼ਾ ਦੇਖਦੇ ਆਂ ਵੀ ਸਾਨੂੰ ਹਰੇਕ ਚੀਜ਼ ਵਿੱਚ ਫੈਸਿਲਿਟੀ ਮਿਲੇ ਆਪਾਂ ਕੋਈ ਕਾਰ ਚੂਜ਼ ਕਰਨੀ ਹੈ ਕਾਰ ਲੈਣੀ ਆਪਾਂ ਦੇਖਦੇ ਆਂ ਆਪਾਂ ਨੂੰ ਵਧੀਆ ਫੈਸਿਲਿਟੀ ਕੌਣ ਦਊਗੀ ਆਪਾਂ ਕੋਈ ਫਲਾਈਟ ਬੁੱਕ ਕਰਨੀ ਆ ਟ੍ਰੇਨ ਬੁੱਕ ਕਰਨੀ ਆ ਆਪਾਂ ਇਹ ਦੇਖਦੇ ਆਂ ਫੈਸਿਲਿਟੀਆਂ ਕਿਹੜੀ ਚੀਜ਼ ਵੱਧ ਦਊਗਾ ਆਪਾਂ ਉਹ ਚੀਜ਼ ਕਰਦੇ ਆਂ ਹੈਨਾ ਐਵੇਂ ਹੀ ਹੁਣ ਮੈਂ ਤਾਂ ਫਿਰ ਉਹੀ ਚੀਜ਼ ਨੂੰ ਲਾਈਕ ਕਰੂੰਗਾ ਜਿਹੜਾ ਮੈਨੂੰ એનર્ਜੀ ਵਧ ਦਊਗਾ ਉਹ ਕੀ ਆ ਪਲਾਂਟਸ ਹੁਣ ਇੱਥੇ ਅਗਲੀ ਗੱਲ ਕਰ ਲੋ ਕਈ ਬੰਦੇ ਚਲੋ ਕਹਿੰਦੇ ਹੁੰਦੇ ਨੇ ਵੀ ਆਪਾਂ ਸਾਰੇ ਮਾਸਾਹਾਰੀਆਂ ਹਨ ਹੈਨਾ ਮਾਸਾਹਾਰੀ ਨੂੰ ਤੁਸੀਂ ਇਹ ਮਤਲਬ ਏਵੇਂ ਡਿਫਾਈਨ ਕਰ ਲੋ ਕਈ ਵਾਰ ਆਪਾਂ ਕਹਿੰਦੇ ਹੁੰਨੇ ਆ ਵੀ ਬੰਦੇ ਦੇ ਸੈੱਲ ਘਟ ਗਏ ਸੈੱਲ ਫਿਰ ਆਪਾਂ ਦੁੱਧ ਪਲਾਉਨੇ ਆ ਬੱਕਰੀ ਦਾ ਜਦ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਸੈੱਲ ਪੂਰੇ ਹੁੰਦੇ ਨੇ ਹੁਣ ਇੱਕ ਗੱਲ ਤਾਂ ਤੁਸੀਂ ਦਿਮਾਗ ਵਿੱਚ ਬਿਠਾ ਲਓ ਜਿਹੜੀਆਂ ਚੀਜ਼ਾਂ ਆਪਾਂ ਨੂੰ ਜਿਉਂਦਾ ਰੱਖ ਸਕਦੀਆਂ ਨੇ ਉਹ ਜਿਉਂਦੀਆਂ ਚਾਹੀਦੀਆਂ ਨੇ ਧਿਆਨ ਨਾਲ ਗੱਲ ਸਮਝੋ ਆਪਾਂ ਜਿਉਂਦੇ ਆ ਹਨਾ ਆਪਾਂ ਡਵੈਲਪ ਹੁੰਨੇ ਆ ਵਧਦੇ ਆ ਆਪਾਂ ਨੂੰ એનર્ਜੀ ਕੌਣ ਦਊ ਜਿਹੜੀ ਚੀਜ਼ ਆਪ ਜਿਉਂਦੀ ਹੋਊਗੀ ਜਿਵੇਂ ਦੇਖੋ ਇਹ ਰਮਾਲ ਆ ਇਹ ਰਮਾਲ ਜਿਉਂਦਾ ਨਹੀਂ ਹੈਗਾ ਠੀਕ ਆ ਇਹ ਦਰਖਤ ਜਿਉਂਦੇ ਨੇ ਇਹ ਵਧਦੇ ਫੁੱਲਦੇ ਨੇ ਆਪਾਂ ਵਧਦੇ ਫੁੱਲਦੇ ਆ ਤੁਸੀਂ ਦੇਖੋ ਕਈ ਵਾਰ ਤੁਸੀਂ ਘਰਾਂ ਚ ਸਬਜ਼ੀਆਂ ਤਿਆਰ ਕਰਦੇ ਹਾਂ ਉਹਦਾ ਟੇਸਟ ਬਦਲ ਜਾਂਦਾ 5 ਘੰਟੇ ਬਾਅਦ 6 ਘੰਟੇ ਬਾਅਦ ਪ੍ਰਸ਼ਾਦ ਦੇ ਸੁੱਕ ਜਾਂਦੇ ਨੇ 5 ਘੰਟੇ ਬਾਅਦ 6 ਘੰਟੇ ਬਾਅਦ ਅੱਗੇ ਟਾਈਮ ਹਨਾ ਇਹ ਕੀ ਆ ਜੇ ਤੁਸੀਂ ਸਿੱਧੀ ਗੱਲ ਕਰਾਂ ਤੁਸੀਂ ਇਹ ਕਹਿ ਸਕਦੇ ਹੋ ਇਹ ਜਿਉਂਦੇ ਨੇ ਜਾਂ ਤੁਸੀਂ ਇਹ ਕਹੋ ਵੀ ਇਹਨਾਂ ਵਿੱਚ ਸੈੱਲ ਨੇ ਜੇ ਤੁਸੀਂ ਮਾਈਕਰੋਸਕੋਪ ਨਾਲ ਦੇਖੋ ਇਹਨਾਂ ਵਿੱਚ ਸੈੱਲ ਹੁੰਦੇ ਨੇ ਜਿਹੜੀ ਚੀਜ਼ ਦੇ ਵਿੱਚ ਸੈੱਲ ਆ ਉਹ ਚੀਜ਼ ਜਿਉਂਦੀ ਆ ਤੇ ਉਹੀ ਆਪਾਂ ਨੂੰ ਜਿਉਂਦਾ ਰੱਖ ਸਕਦੀ ਆ ਔਫ ਰੂਟਸ ਵਿੱਚ ਵੀ ਆ ਉਹ ਵੈਜੀਟੇਬਲ ਦੇ ਵਿੱਚ ਵੀ ਆ ਉਹ ਪਲਾਂਟਸ ਦੇ ਵਿੱਚ ਵੀ ਆ ਉਹ ਐਨੀਮਲ ਦੇ ਵਿੱਚ ਵੀ ਆ ਤੇ ਆਪਣੇ ਵਿੱਚ ਵੀ ਆ ਠੀਕ ਆ ਜੀ ਹੁਣ ਗੱਲ ਆ ਗਈ ਅਗਲੀ ਐਨੀਮਲ ਦੀ ਜਿਹੜੀ ਬਾਡੀ ਆ ਉਹ ਕਿਤੋਂ ਡਿਵੈਲਪ ਹੁੰਦੀ ਆ ਐਨੀਮਲ ਤੋਂ ਜਾਂ ਪਲਾਂਟਸ ਤੋਂ ਠੀਕ ਆ ਜੀ ਹੁਣ ਜਿਹੜਾ ਬੰਦਾ ਐਨੀਮਲ ਖਾਊਗਾ ਐਨੀਮਲ ਦੀ ਬਾਡੀ ਦਾ ਪਹਿਲਾਂ ਉਥੋਂ ਡਿਵੈਲਪ ਹੋਈ ਆ ਫਿਰ ਉਹ ਬੰਦੇ ਚ એનર્ਜੀ ਘਟ ਜਾਊਗੀ ਜਾਂ ਵੱਧ ਘਟ ਜਾਊਗੀ ਕਿਉਂਕਿ ਉਹਦੇ ਸੈੱਲ ਆਪਣੇ ਨਹੀਂ ਹੈਗੇ ਉਹਨਾਂ ਦੇ ਥਰੂ ਬਣੇ ਨੇ ਤੇ ਉਹ એનર્ਜੀ ਘਟ ਦੇਣਗੇ ਬੰਦੇ ਨੂੰ ਜੇ ਬੰਦਾ ਸਿੱਧਾ ਜਿਹੜੇ ਮੇਨ ਪਲਾਂਟਸ ਨੇ ਲੀਫਸ ਨੇ ਫਰੂਟਸ ਨੇ ਉਹ ਖਾਵੇ એનર્ਜੀ ਵੱਧ ਮਿਲੂਗੀ ਇਹ ਗੱਲ ਹੋ ਗਈ ਕਲੀਅਰ ਉਹ ਤੋਂ ਬਾਅਦ ਅੱਜ ਹੁਣ ਅਗਲੀ ਗੱਲ ਤੇ ਵਿਕੀ ਥਾਮਸ ਵਾਲਾ ਕੇਸ ਵਿਕੀ ਥਾਮਸ ਚਲੋ ਪਹਿਲੀ ਗੱਲ ਤਾਂ ਇਹ ਆ ਅਮਰਤ ਸ਼ਾਕੀ ਆਇਆ ਬੰਦਾ ਕਈ ਬੰਦੇ ਇਹ ਕਹਿ ਰਹੇ ਨੇ ਉਹਦੇ ਪਰਾਨੇ ਕਿਸੇ ਨਾਲ ਲਿੰਕ ਨੇ ਕੋਈ ਵੀ ਪਰਸਨ ਆ ਹਨਾ ਮੈਂ ਉਹਨਾਂ ਨੂੰ ਕੁਐਸਚਨ ਕਰਨਾ ਚਾਹੁੰਦਾ ਦੇਖੋ ਵਿਕੀ ਥਾਮਸ ਗਲਤ ਹੋ ਸਕਦਾ ਉਹਨੇ ਵੈਸੇ ਆਪਣੀ ਗਲਤੀ ਵੀਡੀਓ ਵਿੱਚ ਮੰਨ ਲਈ ਸੀਗੀ ਬਾਅਦ ਚ ਪਾਈ ਸੀਗੀ ਠੀਕ ਹੈ ਜੀ ਉਹਨੂੰ ਜਦੋਂ ਕਿਸੇ ਵੱਡੇ ਨਿਹੰਗ ਸਿੰਘ ਜੀ ਨੇ ਫੋਨ ਤੇ ਕਿਹਾ ਵੀਡੀਓ ਕਾਲ ਦੇ ਵਿੱਚ ਵੀ ਤੁਸੀਂ ਮਤਲਬ ਹਨਾ ਸਮਝਾਇਆ ਉਹਨੇ ਮਾਫੀ ਮੰਗ ਲਈ ਉਹ ਕਹਿੰਦਾ ਵੀ ਤੁਸੀਂ ਵੱਡੇ ਹੋ ਵੀ ਜੋ ਹੁਕਮ ਹਨਾ ਇਹ ਗੱਲ ਹੁੰਦੀ ਹੈ ਸਿਆਣੀ ਹਾਂ ਗਲਤੀ ਕਿਸੇ ਤਾਂ ਵੀ ਹੋ ਸਕਦੀ ਆ ਜੇ ਉਹਨੇ ਕੋਈ ਗਲਤੀ ਕੀਤੀ ਉਹਨੇ ਸੌਰੀ ਮੰਗ ਲਈ ਐਡੀ ਕਿਹੜੀ ਗੱਲ ਆ ਬਾਕੀ ਅਗਲੀ ਗੱਲ ਕਈ ਬੰਦੇ ਹਾਲਾਂਕਿ ਮੈਂ ਪਹਿਲਾਂ ਦੱਸਦਾ ਕੋਈ ਮੇਰਾ ਰਿਸ਼ਤੇਦਾਰ ਨਹੀਂ ਹੈਗਾ ਵਿਕੀ ਥਾਮਸ ਮੈਂ ਗੱਲ ਨਿਊਟਰਲ ਕਰਦਾ ਆ ਮੈਂ ਗੱਲ ਇਹ ਕਰਦਾ ਦੇਖੋ ਗੱਲ ਇਹ ਹੋ ਰਹੀ ਆ ਵੀ ਉਹ ਪੁਰਾਣਾ ਕੌਣ ਸੀ ਪੁਰਾਣੇ ਲਿੰਕ ਮੈਨੂੰ ਗੱਲ ਦੱਸੋ ਤੁਸੀਂ ਤੁਸੀਂ ਜਿਹੜੇ ਵਿਕੀ ਥਾਮਸ ਦੇ ਪੁਰਾਣੇ ਲਿੰਕ ਨੇ ਤੁਸੀਂ ਉਹਨਾਂ ਨੂੰ ਵੱਡਾ ਸਮਝਦੇ ਅਮਰਤਰੀ ਸ਼ਕਤੀ ਤੋਂ ਦੁਬਾਰਾ ਦੱਸਦਾ ਪੁਰਾਣੇ ਲਿੰਕ ਤੁਸੀਂ ਦੱਸਦੇ ਹੋ ਵੀ ਪੋਲੀਟੀਸ਼ੀਨਾਂ ਦਾ ਲਿੰਕ ਨੇ ਵਿਕੀ ਥਾਮਸ ਦੇ ਠੀਕ ਆ ਪੁਰਾਣੇ ਲਿੰਕਾਂ ਤੋਂ ਬਾਅਦ ਉਹਨੇ ਛੱਕਿਆ ਅਮਰਤ ਠੀਕ ਆ ਜੀ ਅਮਰਤ ਕੀ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਮਰਤ ਪੰਜ ਬਾਣੀਆਂ ਪੜ੍ਹ ਕੇ ਪੰਜ ਪਿਆਰੇ ਅਮਰਤ ਸਿਖਾਉਂਦੇ ਨੇ ਕੀ ਤੁਸੀਂ ਅਮਰਤ ਦੀ ਸ਼ਕਤੀ ਤੋਂ ਵੱਡਾ ਮੰਨਦੇ ਹੋ ਉਹ ਪੁਰਾਣੇ ਪੋਲਿਟਿਸ਼ੀਨਾਂ ਨੂੰ ਮੈਂ ਤਾਂ ਇਹ ਮੰਨਦਾ ਬਿਗ ਪੈ ਪੁਰਾਣੀ ਬੈਕਗ੍ਰਾਉਂਡ ਕਿਸੇ ਦੀ ਕੋਈ ਮਰਜ਼ੀ ਹੋਵੇ ਕੋਈ ਮਰਜ਼ੀ ਹੋਵੇ ਜਦੋਂ ਉਹ ਬੰਦਾ ਅਮਰਤ ਛਕਦਾ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਉਹ ਪੰਜ ਪਿਆਰੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਉੱਥੇ ਹੀ ਜ਼ਿੰਦਗੀ ਬਦਲ ਦਿੰਦੇ ਨੇ ਬੰਦੇ ਦੀ ਹਾਂ ਬਾਅਦ ਚ ਬੰਦਾ ਮਤਲਬ ਬੰਦੇ ਦੀ ਸੰਗਤ ਬਾਅਦ ਚ ਕਹੇ ਜੀ ਆ ਉਹ ਬਦਲ ਜਵੇ ਉਹ ਭਾਈ ਬਾਦ ਦੀਆਂ ਗੱਲਾਂ ਨੇ ਠੀਕ ਆ ਪਰ ਇਹ ਗੱਲ ਆ ਅਮਰਤ ਛੱਕ ਕੇ ਅਮਰਤ ਪੰਜ ਪਿਆਰੇ ਨੇ ਸ਼ਕਾਇਆ ਇਹ ਸਿੱਖ ਧਰਮ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਧਰਮ ਆ ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਆ ਠੀਕ ਆ ਇੱਥੇ ਆਪਾਂ ਵੀ ਇਹ ਦੇਖੋ ਪ੍ਰਿੰਸੀਪਲ ਦੇ ਅੰਡਰ ਸਕੂਲ ਚੱਲਦਾ ਹੁੰਦਾ ਆ ਸਕੂਲ ਦੇ ਵਿੱਚ ਸਟੂਡੈਂਟ ਨੇ ਤੇ ਆਪਾਂ ਵੀ ਸਿੱਖ ਧਰਮ ਦੇ ਵਿੱਚ ਸਟੂਡੈਂਟ ਬੱਚੇ ਆ ਇਹ ਧਰਮ ਦਾ ਜਿਹੜਾ ਹੈਗਾ ਪ੍ਰਧਾਨ ਇਹ ਧਰਮ ਦੀ ਪਾਵਰ ਇਹ ਇਹ ਹੈਡ ਕੌਣ ਨੇ ਗੁਰੂ ਸਾਹਿਬ ਨੇ ਤੇ ਉਹ ਅਮਰਤ ਛੱਕ ਕੇ ਉਹ ਆਇਆ ਠੀਕ ਆ ਉਹ ਤਾਂ ਕੋਈ ਗਲਤੀ ਹੋ ਸਕਦੀ ਆ ਇਹ ਗੱਲ ਵੱਖਰੀ ਆ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਠੀਕ ਆ ਚਲੋ ਉਹਨੇ ਗੱਲ ਮੰਨ ਲਈ ਪਰ ਇਹ ਗੱਲ ਕਹਿਣੀ ਵੀ ਉਹ ਤੇ ਪਹਿਲਾ ਲਿੰਕ ਮੈਂ ਕਹਿੰਦਾ ਵੀ ਅਮਰਤ ਦੀ ਸ਼ਕਤੀ ਆ ਉਹ ਮਤਲਬ ਉੱਥੇ ਹੀ ਬੰਦ ਯਾਰ ਜਦੋਂ ਇਹ ਆਪਾਂ ਕਈ ਵਾਰ ਇਹ ਗੱਲ ਕਰਦੇ ਆਂ ਵੀ ਕਿਸੇ ਮਹਾਪੁਰਖ ਨੇ ਕਿਸੇ ਤੇ ਕਿਰਪਾ ਕਰਤੀ ਉਹਦੀ ਉਹਦੀ ਸੂਰਤ ਬਦਲ ਗਈ ਉਹ ਤਾਂ ਮਹਾਪੁਰਖਾਂ ਤੋਂ ਵੀ ਮਹਾਪੁਰਖ ਵੱਡੇ ਨੇ ਗੁਰੂ ਗੋਬਿੰਦ ਸਿੰਘ ਜਦੋਂ ਉਹਨਾਂ ਨੇ ਅਮਰਤ ਉਹ ਜਿਹੜੀ ਅਮਰਤ ਦੀ ਸ਼ਕਤੀ ਆ ਨਾ ਉਹ ਤਾਂ ਮਤਲਬ ਉੱਥੇ ਨਵਾਂ ਜਨਮ ਹੁੰਦਾ ਯਾਰ ਨਵਾਂ ਜਨਮ ਹੁੰਦਾ ਆ ਤੁਸੀਂ ਪੰਜ ਬਾਣੀਆਂ ਦੀ ਸ਼ਕਤੀ ਤੋਂ ਵੱਧ ਮੰਨਦੇ ਹੋ ਪੁਰਾਣੀ ਸ਼ਕਤੀ ਇਹੋ ਪੰਜ ਬਾਣੀਆਂ ਅਮਰਤ ਜਿਹੜੀ ਸ਼ਕਤੀ ਹੈ ਨਾ ਉਹ ਤਾਂ ਨਵਾਂ ਜਨਮ ਦਿੰਦੀ ਹੈ ਉੱਥੇ ਮੈਂ ਤਾਂ ਇਹ ਮੰਨਦਾ ਵੀ ਪੁਰਾਣਾ ਹਿਸਾਬ ਤਬ ਉੱਥੇ ਹੀ ਖਤਮ ਹੋ ਜਾਂਦਾ ਆ ਠੀਕ ਆ ਜਦੋਂ ਅੱਛਾ ਬਾਅਦ ਚ ਬੰਦਾ ਬਾਣੀ ਵੀ ਪੜਦਾ ਤੁਸੀਂ ਬਾਣੀ ਦੀ ਪਾਵਰ ਤੋਂ ਵੱਡੀ ਪਾਵਰ ਮੰਨਦੇ ਹੋ ਫਿਰ ਉਹ ਪੁਰਾਣੇ ਜਿਹੜੇ ਪੋਲੀਟੀਸ਼ੀਅਨ ਨੇ ਮੈਂ ਤਾਂ ਇਹ ਮੰਨਦਾ ਆ ਆਪਾਂ ਵੈਸੇ ਗੱਲ ਕਰਦੇ ਆ ਜੇ ਮੰਨ ਲਓ ਕੋਈ ਬੰਦਾ ਆਇਆ ਹੋਵੇ ਵੀ ਮੈਂ ਪੰਜਾਬ ਨੂੰ ਖਰਾਬ ਕਰਨਾ ਆ ਠੀਕ ਆ ਪਰ ਜਿਹੜਾ ਅੰਮ੍ਰਿਤ ਆ ਨਾ ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਦਾ ਪੰਜ ਬਾਣੀਆਂ ਦਾ ਤੁਸੀਂ ਉਹਦੀ ਪਾਵਰ ਨਹੀਂ ਜਾਣਦੇ ਉਹ ਗੁਰੂ ਸਾਹਿਬ ਆਪ ਨੇ ਇਹ ਦੇਖੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਬਾਣੀ ਆਪ ਗੁਰੂ ਸਾਹਿਬ ਨੇ ਠੀਕ ਆ ਮੇਰਾ ਮਤਲਬ ਮੈਂ ਇਹ ਕਹਿਣਾ ਚਾਹਣਾ ਜਦੋਂ ਬੰਦਾ ਅੰਮ੍ਰਿਤ ਛਕਦਾ ਨਾ ਉਹ ਤਾਂ ਮਤਲਬ ਜ਼ਿੰਦਗੀਆਂ ਬਦਲ ਦੀਆਂ ਨੇ ਉੱਥੇ ਠੀਕ ਆ ਇਹ ਫਿਰ ਠੀਕ ਆ ਇਹ ਕੁਸਟਨ ਨਾ ਕਰੀਏ ਉਹ ਤਾਂ ਆਪਾਂ ਜੀ ਅਮਰਤ ਸ਼ਕ ਕੀ ਆਇਆ ਬੰਦਾ ਫਿਰ ਪੰਜ ਪਿਆਰਿਆਂ ਨੇ ਦੇਖੋ ਪੰਜ ਪਿਆਰੇ ਏਵੇਂ ਨਹੀਂ ਵੀ ਹਰੇਕ ਨੂੰ ਛਕਾ ਦੇਣਗੇ ਇਹ ਵੀ ਪਰਮਾਤਮਾ ਗੁਰੂ ਸਾਹਿਬ ਖੇਡ ਖੇਡਦੇ ਨੇ ਕਈ ਬੰਦੇ ਪਹੁੰਚਦੇ ਪਹੁੰਚਦੇ ਮੁੜ ਜਾਂਦੇ ਨੇ ਅਮਰਤ ਨਹੀਂ ਸ਼ਕ ਹੁੰਦਾ ਹੈ ਸੋਰ ਨਰ ਮਨ ਜਨ ਅਮਰਤ ਖੋਜਦੇ ਸੋ ਅਮਰਤ ਗੁਰ ਤੇ ਪਾਇਆ ਇਹ ਅਨੰਦ ਸਾਹਿਬ ਵਿੱਚ ਬਾਣੀ ਆਉਂਦੀ ਆ ਠੀਕ ਹੈ ਅਗਲੀ ਗੱਲ ਜਿਹੜੇ ਨਿਹੰਗ ਸਿੰਘ ਜੀ ਨੇ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ ਓ ਤੁਸੀਂ ਹਜੂਰ ਸਾਬ ਤੇ ਕਿੰਤੂ ਪਰੰਤੂ ਕਰਦੇ ਹੋ ਨਿਹੰਗ ਸਿੰਘਾਂ ਤੇ ਨਿਹੰਗਾਂ ਸਿੰਘਾਂ ਕਰਕੇ ਹੀ ਆਪਾਂ ਜਿਉਂਨੇ ਆ ਜਿਹੜੇ ਪੁਰਾਣੇ ਨਿਹੰਗ ਸਿੰਘ ਜੰਗਲਾਂ ਚ ਰਹਿੰਦੇ ਹੁੰਦੇ ਸੀਗੇ ਜੇ ਉਹ ਸ਼ਹੀਦ ਨਾ ਹੁੰਦੇ ਆਪਾਂ ਹੋਣਾ ਨਹੀਂ ਸੀ ਆਪਾਂ ਹੋਣਾ ਨਹੀਂ ਸੀ ਕਦੇ ਵੀ ਕਿਸੇ ਤੇ ਕਿੰਤੂ ਪਰੰਤੂ ਨਾ ਕਰੋ ਨਿਹੰਗ ਸਿੰਘ ਤੁਸੀਂ ਦੇਖੋ ਹੋਲੇ ਮੱਲੇ ਤੇ ਚਾਰ ਚਾਰ ਘੋੜੇ ਇਕੱਲਾ ਇਕੱਲਾ ਸਿੰਘ ਚਲਾਉਂਦਾ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੋੜੇ ਚਲਾਉਂਦੇ ਨੇ ਘੋੜੇ ਭਜਾਉਂਦੇ ਨੇ ਘੋੜੇ ਨਵਾਉਂਦੇ ਨੇ ਪੱਠੇ ਲੈ ਕੇ ਆਉਂਦੇ ਤੁਸੀਂ ਕਿਸੇ ਵੀ ਹਸਪਤਾਲ ਚ ਦੇਖ ਲਓ ਇਸ ਹਾਲ ਬੰਦਾ ਲੈਨ ਚ ਲੱਗਿਆ ਹੋਇਆ ਤੁਹਾਨੂੰ ਇੱਕ ਨਹਿੰਗ ਸਿੰਘ ਸ਼ਾਇਦੇ ਮਲੇ ਬਿਮਾਰੇ ਨਹੀਂ ਹੁੰਦੇ ਉਹ ਹੈ ਕਿੱਡੇ-ਕੱਡੇ ਦਿਮਾਲੇ ਸਜਾਉਂਦੇ ਨੇ ਅਜੋਨ ਪਰਤ ਖਤਮ ਹੋ ਗਈ ਸੰਤੋਂ ਜਿਹੜੀ ਉੱਤੇ ਬਣੀ ਹੋਈ ਆ ਜਿਹੜੀਆਂ ਸੰਤੋਂ ਰੇਜ਼ ਆਉਂਦੀਆਂ ਨੇ ਤਿੰਨ ਤਰ੍ਹਾਂ ਦੀਆਂ ਅਲਟਰਾਵਾਈਲੇਟ ਇਨਫਰਾ ਰੈਡ ਤੇ ਯੂਵੀ ਕੈਂਸਰ ਕਰਦੀਆਂ ਨੇ ਕੋਈ ਦੇਖਿਆ ਨਹਿੰਗ ਸਿੰਘ ਬਿਮਾਰ ਹੋਇਆ ਹੋਵੇ ਕਿੱਡੇ-ਕੱਡੇ ਦਿਮਾਲੇ ਸਜਾਉਂਦੇ ਨੇ ਉਹ ਉਹਨਾਂ ਦੇ ਬ੍ਰੇਨ ਇਹ ਇੱਕ ਗੱਲ ਧਿਆਨ ਨਾਲ ਸੁਣੋ ਜੜੇ ਵੀ ਬਾਡੀ ਦੇ ਸੈਂਸਿਟਿਵ ਪਾਰਟ ਨੇ ਉਥੇ ਕੇਸ ਨੇ ਜਿਹੜੇ ਵੀ ਸੈਂਸਰ ਪਾਰਟ ਨੇ ਬੋਡੀ ਦੇ ਜੇ ਇਹ ਥੋੜਾ ਬ੍ਰੇਨ ਆ ਬ੍ਰੇਨ ਬਹੁਤ ਸੈਂਸਿਟਿਵ ਪਾਰਟ ਹੁੰਦਾ ਕਈ ਵਾਰ ਆਪਾਂ ਕਹਿੰਦੇ ਆ ਵੀ ਜੇ ਸਿਰ ਤੇ ਸੱਟ ਲੱਗੀ ਬੰਦਾ ਮਰ ਗਿਆ ਇਹ ਜਿਹੜੇ ਦਿਮਾਲੇ ਸਜਾਉਂਦੇ ਨੇ ਹੰਗ ਸਿੰਘ ਤੁਸੀਂ ਦੇਖੋ ਹੈ ਕਦੇ ਵੀ ਕਿਤੇ ਕਿਸੇ ਦੇ ਕਿੰਤੂ ਪਰੰਤੋਂ ਨਹੀਂ ਕਰਨਾ ਚਾਹੀਦਾ ਹਜ਼ੂਰ ਸਾਹਿਬ ਸੱਚਖੰਡ ਸਾਹਿਬ ਹਜ਼ੂਰੀ ਫੌਜਾ ਰਹਿੰਦੀਆਂ ਨੇ ਗੁਰੂ ਸਾਹਿਬ ਦੀਆਂ ਉਥੇ ਤੁਸੀਂ ਇਹ ਦੇਖੋ ਜੇ ਕੋਈ ਮੋਨਾ ਬੰਦਾ ਵੀ ਜਾਵੇ ਨਾ ਹਜ਼ੂਰ ਸਾਹਿਬ ਮੋੜਨ ਦਾ ਜੀ ਨਹੀਂ ਕਰਦਾ ਇੰਨੀ ਉਥੇ ਸ਼ਕਤੀ ਇੰਨੀਆਂ ਪਾਵਰਾਂ ਨੇ ਉਥੇ ਹੈ ਪੰਜਾਬ ਦੇ ਵਿੱਚ ਕਿੰਨੇ ਮੁੰਡੇ ਦਾੜ੍ਹੀ ਕੇਸ ਕਟਾਉਂਦੇ ਨੇ ਤੁਸੀਂ ਦੱਸੋ ਕੋਈ ਹੈਗਾ ਸਿੱਖ ਪਰਿਵਾਰ ਇਹ ਜਾਂ ਜਿਹੜਾ ਹਜੂਰ ਸਾਹਿਬ ਦਾੜ੍ਹੀ ਕੇਸ ਕਟਾਉਂਦਾ ਹੋਵੇ ਨਾ ਤੁਹਾਨੂੰ ਕਿਸੇ ਵੀ ਪਰਿਵਾਰ ਤੇ ਦਾੜ੍ਹੀ ਕੇਸ ਕੱਟੇ ਨਹੀਂ ਮਿਲਨੇ ਹਜੂਰ ਸਾਹਿਬ ਕਿਉਂ ਕਿਉਂਕਿ ਗੁਰੂ ਸਾਹਿਬ ਨੇ ਕੇਸਾਂ ਦੇ ਨਾਂ ਤੇ ਰੱਖਿਆ ਕੇਸਗਰ ਸਾਹਿਬ ਦਾ ਨਾਮ ਆਪਣੇ ਪਰਿਵਾਰ ਦੇ ਨਾਂ ਤੇ ਨਹੀਂ ਰੱਖਿਆ ਹੈਗਾ ਇੰਨਾ ਪਿਆਰ ਕਰਦੇ ਨੇ ਕੇਸਾਂ ਨੂੰ ਕਸ਼ਮੀਰ ਵਿੱਚ ਕੋਈ ਦਾੜ੍ਹੀ ਨਹੀਂ ਕਟਾਉਂਦਾ ਦਿੱਲੀ ਵਿੱਚ ਕੋਈ ਦਾੜ੍ਹੀ ਕੇਸ ਨਹੀਂ ਕਟਾਉਂਦਾ ਇਹ ਪੰਜਾਬ ਦੇ ਵਿੱਚੇ ਕਟਾਉਂਦੇ ਨੇ ਮੁੰਡੇ ਹੈ ਮਾਰ ਤੁਸੀਂ ਅਰਦਾਸ ਜਿਕਰ ਦੇਖੋ ਅਰਦਾਸ ਕੀ ਜਿਕਰਾ ਹੁੰਦਾ ਆ ਸਿੱਖੀ ਕੇਸਾਂ ਸਵਾਸ ਸੰਗ ਨਿਮਾਹੀ ਗਈ ਕੇਸ ਨਾਲ ਸਵਾਸ ਇਹ ਸਿੱਖੀ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ ਨੇ ਸਹਬਜ਼ਾਦੇ ਸ਼ਹੀਦ ਹੋਏ ਨੇ ਹੈ ਜੇ ਜੇ ਇਹ ਕੇਸ ਕਟਾ ਲੈਂਦੇ ਸ਼ਹੀਦ ਨਹੀਂ ਸੀ ਹੁਣੇ ਹੁਣ ਆਪਾਂ ਦਾੜ੍ਹੀ ਕੇਸ ਕਟਾਉਨੇ ਆ ਇਹਦਾ ਮਤਲਬ ਆਪਾਂ ਔਰੰਗਜ਼ੇਬ ਦੀ ਮੰਨ ਲਈ ਫਿਰ ਸਿੱਧੀ ਗੱਲ ਹੈ ਨਾ ਇਹ ਗੱਲ ਆ ਦੇਖੋ ਜਿਹੜਾ ਕਿਸੇ ਨੇ ਕੋਈ ਜਿਹਾ ਸੌਰੀ ਮੰਗ ਲਈ ਆਪਾਂ ਟੋਪਿਕ ਉੱਥੇ ਖਤਮ ਕਰ ਦਈਏ ਬਾਕੀ ਇਹ ਜਿਹੜੇ ਖਾਣ ਪੀਣ ਵਾਲੇ ਮੁੱਦੇ ਨੇ ਇਹ ਕੋਈ ਮੁੱਦੇ ਨਹੀਂ ਹੈਗੇ ਪੰਜਾਬ ਵਿੱਚ ਬਹੁਤ ਵੱਡੇ ਵੱਡੇ ਮੁੱਦੇ ਨੇ ਕੈਂਸਰ ਕੈਂਸਰ ਹੋਇਆ ਪਿਆ ਘਰਾਂ ਘਰਾਂ 'ਚ ਦੇਖੋ ਨਸ਼ਾ ਹੈਂ ਜੀ ਦਾੜੀ ਕੇਸ ਕਟਾਉਂਦੇ ਨੇ ਨੌਜਵਾਨ এডਿਕੇਸ਼ਨ ਅਸਤੰਬਰ ਚੜ ਗਿਆ ਦੁਨੀਆ ਬਾਹਰ ਜਾ ਰਹੀ ਆ ਪੜਨ ਹੈਂ ਜੀ ਧਰਤੀ ਦਾ ਪਾਣੀ ਥੱਲੇ ਜਾ ਰਿਹਾ ਆ ਮਤਲਬ ਇਹ ਗੱਲਾਂ ਨੇ ਇਹਦੀਆਂ ਗੱਲਾਂ ਨੇ ਖਾਣ ਪੀਣ ਦਾ ਦੇਖੋ ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮਹਾਰਾਜ ਨੇ ਇਹ ਵੀ ਕਿਹਾ ਵੀ ਖਾਣਾ ਕੀ ਤਹੀਦਾ ਹੁਣ ਮੰਨ ਲਓ ਵੀ ਜੇ ਮੈਂ ਇੱਥੇ 10 ਪ੍ਰਸ਼ਾਦੇ ਛਕਾਂ ਸਵੇਰੇ ਦੁਪਹਿਰੇ ਮੈਨੂੰ ਤਾਂ ਨੀਂਦ ਆਈ ਜਾਵੇ ਨਾ ਮੈਂ ਭਗਤੀ ਕਰਾਂ ਨਾ ਮੈਂ ਕੋਈ ਕੰਮਕਾਰ ਕਰ ਸਕਾਂ ਨੀਂਦ ਆਊਗੀ ਫਿਰ ਗੁਰੂ ਸਾਹਿਬ ਨੇ ਸਿੱਧਾ ਕਿਹਾ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਧਾ ਤਨ ਪੀੜਿਆ ਮਨਮ ਹੈ ਚਲ ਹੈ ਬੇਕਾਰ ਮਹਾਰਾਜ ਕਹਿੰਦੇ ਵੀ ਹੋਰ ਖਾਣਾ ਖੁਸ਼ੀ ਖੁਵਾਰ ਹੋਰ ਖਾਣਾ ਮਤਲਬ ਐਕਸਟਰਾ ਖਾਣਾ ਡਿਫਰੈਂਟ ਖਾਣਾ ਉਹ ਤੁਹਾਡੀ ਖੁਸ਼ੀ ਨੂੰ ਖਤਮ ਕਰ ਦੂ ਠੀਕ ਆ ਵਿਕਾਰ ਚੱਲਣ ਲੱਗ ਜਾਣਗੇ ਤੁਹਾਡੀ ਬੋਡੀ ਵਿੱਚ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਧਾ ਤਨ ਪੀੜੀ ਆ ਮਨ ਵਿੱਚ ਚਲੇ ਵਿਕਾਰ ਜਿਹੜੇ ਪ੍ਰੇਮਾਨੰਦ ਜੀ ਨੇ ਉੱਥੇ ਬਨਾਰ ਆਪਣੇ ਬਰਿੰਦਾਵਾਨ ਨਾਲ ਉਹ ਵੀ ਕਹਿੰਦੇ ਨੇ ਵੀ ਭਾਈ ਜੇ ਤੁਸੀਂ ਭਗਤੀ ਕਰਨੀ ਇਹੋ ਜਿਹਾ ਭੋਜਨ ਛਕੋ ਸਾਦਾ ਹੈ ਬਾਕੀ ਅਗਲੀ ਗੱਲ ਦੁਨੀਆ ਦੇ ਉਤੇ ਕੰਮਾਂ ਦੀ ਗੱਲ ਹੁੰਦੀ ਆ ਜੇ ਤੁਸੀਂ ਨਿਚੋੜ ਕਢਣਾ ਆ ਕੰਮ ਤੁਸੀਂ ਹਿਸਟਰੀ ਚ ਦੇਖ ਲਓ ਚਾਹੇ ਭਗਤ ਸਿੰਘ ਹੋਣੀ ਨੇ ਚਾਹੇ ਹਰੀ ਸਿੰਘ ਨਲੂਏ ਹੋਣੀ ਨੇ ਮਹਾਰਾਜਾ ਰਣਜੀਤ ਸਿੰਘ ਹੋਣੀ ਚਾਹੇ ਕੋਈ ਮਹਾਪੁਰਖ ਆ ਹਮੇਸ਼ਾ ਗੱਲ ਇਹ ਹੁੰਦੀ ਆ ਵੀ ਉਹਨਾਂ ਨੇ ਦੁਨੀਆ ਵਾਸਤੇ ਕੌਮ ਵਾਸਤੇ ਪੰਥ ਵਾਸਤੇ ਲੋਕਾਂ ਵਾਸਤੇ ਕੰਮ ਕੀ ਕੀਤੇ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਲਈ ਕਿੰਨਾ ਕੁਸ਼ ਕੀਤਾ ਹਰੀ ਸਿੰਘ ਨਲੂਏ ਨੇ ਕਿੰਨਾ ਕੁਸ਼ ਕੀਤਾ ਆਪਾਂ ਕਦੇ ਖਾਣ ਪੀਣ ਦੀ ਗੱਲ ਨਹੀਂ ਕਰਦੇ ਭਗਤ ਸਿੰਘ ਦੀ ਗੱਲ ਹੁੰਦੀ ਆ ਹੋਰ ਸ਼ਹੀਦਾਂ ਸਿੰਘਾਂ ਦੀਆਂ ਗੱਲਾਂ ਹੁੰਦੀਆਂ ਨੇ ਮਤਲਬ ਥੋੜੀ ਕੰਮ ਦੀ ਗੱਲ ਹੋਣੀ ਆ ਸਿੱਧੂ ਮੂਸੇਵਾਲੇ ਨੇ ਕਿੰਨੇ ਵਧੀਆ ਗਾਣੇ ਗਾਏ ਦਫ਼ਤਰ ਦੀ ਗੱਲ ਆ ਠੀਕ ਆ ਮਤਲਬ ਖਾਣ ਪੀਣ ਦੀ ਨਹੀਂ ਤੁਸੀਂ ਦੁਨੀਆ ਲਈ ਕੀ ਸੇਵਾ ਕਰਕੇ ਚੱਲੇ ਹੋ ਪੰਥ ਲਈ ਕੌਮ ਲਈ ਗੱਲ ਕੰਮਾਂ ਤੇ ਖੜੀ ਆ ਬਾਕੀ ਬਹੁਤ ਵੱਡੇ ਵੱਡੇ ਮੁੱਦੇ ਨੇ ਪਰਮਾਤਮਾ ਦੇ ਬੱਚੀ ਆਪਾਂ ਸਾਰੇ ਇਹ ਕੌਂਟਰੋਵਰਸੀਆਂ ਵਿੱਚੋਂ ਬਾਹਰ ਨਿਕਲੀਏ ਹੈ ਦੇਖੋ ਆਪਾਂ ਛੋਟੀ ਜੀ ਗੱਲ ਤੇ ਲੜ ਪੈਨੇ ਆ ਮਹਾਰਾਜ ਤਾਂ ਇਹ ਵੀ ਕਹਿੰਦੇ ਨੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਆਪਾਂ ਕਹਿ ਦਾਂਗੇ ਵੀ ਅਸੀਂ ਬੁਰੇ ਆ ਮਹਾਰਾਜ ਕਹਿੰਦੇ ਨਾਨਕ ਨੀਜ ਕਹਿ ਵਿਚਾਰ ਕਿੱਡੇ ਸਭ ਤੋਂ ਵਧੀਆ ਹੋਏ ਨੇ ਗੁਰੂ ਨਾਨਕ ਦੇਵ ਜੀ ਫੇਰ ਵੀ ਕਹਿ ਰਹੇ ਨੇ ਨਾਨਕ ਨੀਜ ਕਹਿ ਵਿਚਾਰ ਕੋਈ ਕਹਿ ਦੋ ਬੰਦਾ ਵੀ ਮੈਂ ਨੀਵਾ ਆ ਹੈ ਆਪਾਂ ਜਿਹੜੇ ਲੜਨ ਨੂੰ ਪਿਆਰ ਆ ਮਹਾਰਾਜ ਕਹਿੰਦੇ ਫਰੀਦਾ ਜੋਤੈ ਮਾਰਨ ਮੁਕੀਆਂ ਤੈਨਾ ਨਾ ਮਾਰੇ ਘਮ ਆਪ ਪਨੜੇ ਕਰ ਜਾਈਐ ਪੈਰ ਤਨਾ ਦੇ ਚੰਮ ਇਹ ਜੀਆਂ ਗੱਲਾਂ ਹਾਂ ਇਹੇ ਗੱਲ ਆ ਵੀ ਆਪਾਂ ਕਿਹਨਾਂ ਦੇ ਵਾਰਿਸ ਆ ਕਈ ਵਾਰ ਨਾ ਆਪਾਂ ਗੁਰਦੁਆਰਾ ਸਬਰ ਮਾਲਾ ਸਭ ਦਿੰਨੇ ਆ ਉੱਥੇ ਗਰੰਤੀ ਸਿੰਘ ਜੀ ਅਰਦਾਸ ਕਰਦੇ ਹੁੰਦੇ ਨੇ ਵੀ ਇਹਨਾਂ ਦੇ ਪਰਦੇ ਕੱਜਣੇ ਆਪਾਂ ਪਰਦੇ ਚੱਕਦੇ ਫਿਰਦੇ ਆ ਹਾਂਜੀ ਇਹ ਗੱਲ ਆ ਚਲੋ ਜੇ ਕਿਸੇ ਤੋਂ ਕੋਈ ਗਲਤੀ ਹੋਈ ਉਹਨੇ ਸੌਰੀ ਮੰਗ ਲਈ ਹਨਾ ਵੀ ਚਲੋ ਹੋਰ ਬਹੁਤ ਮੁੱਦੇ ਨੇ ਠੀਕ ਆ ਬਾਕੀ ਅਮਰਤ ਦੀ ਜਿਹੜੀ ਸ਼ਕਤੀ ਆ ਨਾ ਉਹ ਪੁਰਾਣਾ ਬੈਕਗ੍ਰਾਉਂਡ ਕੋਈ ਹੋਵੇ ਕੋਸ਼ਵ ਮਰ ਚਾਹੇ ਬੰਦਾ ਪਹਿਲਾਂ ਰਾਖਸ਼ ਹੋਵੇ ਜਿਹੜਾ ਅਮਰਤ ਨਾ ਪੰਜ ਬਾਣੀਆਂ ਦਾ ਗੁਰੂ ਗੋਬਿੰਦ ਸਿੰਘ ਜੀ ਆਪ ਛਕਾਉਂਦੇ ਨੇ ਪੰਜ ਪਿਆਰਾਂ ਵਿੱਚ ਆਪ ਹੁੰਦੇ ਨੇ ਉੱਥੇ ਤਾਂ ਉੱਥੇ ਬਿਰਤੀਆਂ ਬਦਲ ਜਾਂਦੀਆਂ ਨੇ ਜੇ ਆਪਾਂ ਫਿਰ ਵੀ ਕਹੀਏ ਵੀ ਪ੍ਰਾਣੀ ਬੈਕਗਰਾਉਂਡ ਨਹੀਂ 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 ਅਮਰਤ ਦੀ ਸ਼ਕਤੀ ਸਭ ਤੋਂ ਵੱਡੀ ਸ਼ਕਤੀ ਆ ਬਾਕੀ ਇਹ ਆ ਠੀਕ ਆ ਵੀ ਇਹ ਮਾਮ ਕੋਈ ਵੱਡੇ ਮੁੱਦੇ ਨਹੀਂ ਹੈਗੇ ਖਾਣ ਪੀਣ ਵਾਲੇ ਵਧੀਆ ਪੰਥ ਲਈ ਕੌਮ ਲਈ ਸੇਵਾ ਕਰੋ ਐਜੂਕੇਸ਼ਨ ਅੱਗੇ ਵਧੋ ਹਿੰਦੀ ਖੇਡਾਂ ਖੇਡਾਂ ਵਾਲੇ ਪਾਸੇ ਨੌਜਵਾਨਾਂ ਨੂੰ ਪ੍ਰਮੋਟ ਕਰੋ ਇਹ ਆ ਤੇ ਵੀਡੀਓ ਠੀਕ ਲੱਗੇ ਸ਼ੇਅਰ ਕਰ ਦਿਓ ਕਮੈਂਟ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ